ਤੇਰੇ ਦੁਨੀਆ ਨਾਲ ਹਸਨ ਨਾਲ ਵੀ ਪਿਆਰ ਕਰਨਾ, ਹੁਸੈਨ ਨਾਲ ਵੀ ਪਿਆਰ ਕਰਨਾ, ਮਾਲਕੇ ਕੌਣ ਲੈ ਤੂੰ ਵੀ ਇਹਨਾਂ ਨਾਲ ਪਿਆਰ ਕਰ ਲੈ, ਮਾਲਕੇ ਮੈਨੂੰ ਹਸਨ ਨਾਲ ਵੀ ਪਿਆਰ, ਮੈਨੂੰ ਹੁਸੈਨ ਨਾਲ ਵੀ ਪਿਆਰ, ਮਾਲਕ ਤੂੰ ਵੀ ਇਹਨਾਂ ਨਾਲ ਪਿਆਰ ਕਰ ਲੈ, ਮਾਲਕੇ ਕਾਏ ਹਸਨੈਨ ਦੀ ਮਾਂ ਨਾਲ ਵੀ ਪਿਆਰ ਕਰਨਾ, ਹਸਨੈਨ ਦੇ ਬਾਬਾ ਨਾਲ ਵੀ ਪਿਆਰ ਕਰਨਾ, ਮਾਲਕ ਮੇਰਾ ਪਿਆਰ ਅਲੀ ਦੇ ਪਿਆਰੀ ਚ, ਮੇਰਾ ਪਿਆਰ ਫਾਤਮਾ ਦੇ ਪਿਆਰ ਚ, ਮੇਰਾ ਪਿਆਰ ਹਸਨ ਦੇ ਪਿਆਰ ਚ, ਹੁਸੈਨ ਦੇ ਪਿਆਰ ਚ, ਮਾਲਕ ਜਿਹੜਾ ਇਹ ਨਾਲ ਪਿਆਰ ਕਰਨਾ ਓਏ, ਮੈਂ ਲਵੀ ਹੋ ਕੇ ਇਲਤਿਜਾ ਕਰਿਆ, ਮਾਲਕ ਜਿਹੜਾ ਇਹ ਨਾਲ ਪਿਆਰ ਕਰੇ ਤੂੰ ਵੀ ਉਹਦੇ ਨਾਲ ਪਿਆਰ ਕਰੇ, ਤੂੰ ਵੀ ਉਹਦੇ ਨਾਲ ਪਿਆਰ ਕਰ, ਜਿਹਨਾਂ ਨਾਲ ਮੈਂ ਪਿਆਰ ਕਰਨਾ, ਉਹ ਕੌਣ ਨੇ? ਉਹ ਮੇਰਾ ਹਸਨ ਹੈ, ਉਹ ਮੇਰਾ ਹੁਸੈਨ ਹੈ, ਉਹ ਮੇਰੀ ਲਖਤੇ ਜਿਗਰ ਫਾਤਮਾ ਵੇ, ਉਹ ਮੇਰਾ ਭਾਈ ਅਲੀ ਵੇ, ਉਹ ਮੇਰਾ ਭਾਈ ਅਲੀ ਵੇ। ਅਤੇ ਪਤਾ ਲੱਗਿਆ ਅਹਲੇ ਬੈਤ ਦੀ ਮੁਹੱਬਤ ਨਾ ਹੋਵੇ ਤਾਂ ਨਬੀ ਦਾ ਪਿਆਰ ਲੱਭਦਾ ਨਹੀਂ ਹੈ, ਜੇ ਨਬੀ ਦਾ ਪਿਆਰ ਨਾ ਮਿਲੇ ਤਾਂ ਰੱਬ ਲੱਭਦਾ, ਰੱਬ ਮਿਲਦਾ ਨਹੀਂ। ਫਿਰ ਮੀਆਂ ਸਾਹਿਬ ਫਰਮਾਉਂਦੇ ਨੇ ਆਲੇ ਔਲਾਦ ਤੇਰੀ ਤਾਂ ਮੰਗਤਾ ਸਦਕਾ ਸ਼ਾਹ ਏ ਜੀਲਾਨੀ, ਇਹ ਖੈਰ ਚਬਾ ਇਹ ਮੁਹੰਮਦ ਤਾਈਂ, ਸਦਕਾ ਸ਼ਾਹ ਏ ਜੀਲਾਨੀ। ਹਜ਼ੂਰ ਅਸਤੇ ਨੌਕਰਾਂ, ਮਾਲਕ ਅਸੀਂ ਤੇ ਨੌਕਰਾਂ ਤੇਰੇ ਨਬੀ ਦੀ ਔਲਾਦ ਦੇ, ਉਹਨਾਂ ਦੇ ਸਦਕੇ ਕੁਛ ਮਿਲ ਜਾਵੇ, ਇੱਥੇ ਵੀ ਬੇੜਾ ਪਾਰ, ਉੱਥੇ ਵੀ ਬੇੜਾ ਪਾਰ। ਅੱਲਾਹ ਰੱਬੁਲ ਇੱਜ਼ਤ ਅਮਲ ਦੀ ਤੌਫੀਕ ਅਤਾ ਫਰਮਾਏ, ਆਮੀਨ ਬਿਜਾਹੇ ਨਬੀ।